ਦੋਸਤੋ ਪੰਜਾਬ ਦੇ ਵਿੱਚ ਹੜ੍ਹਾਂ ਨੇ ਕਾਫੀ ਨੁਕਸਾਨ ਕੀਤਾ। ਕਈ ਜਗ੍ਹਾ ਦੂਜੀ ਵਾਰੀ ਤੀਜੀ ਵਾਰੀ ਝੋਨਾ ਲਾਇਆ ਲੇਕਿਨ ਉਹ ਖਤਮ ਕਰਤਾ। ਹੁਣ ਕਈ ਇਲਾਕਿਆਂ ਦੇ ਵਿੱਚੋਂ ਪਾਣੀ ਉੱਤਰ ਗਿਆ ਤੇ ਕਈ ਜਗ੍ਹਾ ਤੇ ਖੇਤਾਂ ਦੀ ਹਾਲਤ ਠੀਕ ਹੈ ਤੇ ਉੱਥੇ ਹੁਣ ਖੇਤ 'ਚ ਫਸਲ ਬੀਜੀ ਜਾ ਸਕਦੀ ਹੈ ਤੇ ਕਿਸਾਨ ਵੀ ਇਹ ਪੁੱਛਦੇ ਹੁਣ ਕਿਹੜੀ ਫਸਲ ਬੀਜਾਂ? ਤਾਂ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਸਤੰਬਰ ਮਹੀਨੇ ਦੇ ਵਿੱਚ ਆਪਾਂ ਕਿਹੜੀ-ਕਿਹੜੀ ਫਸਲ ਬੀਜ ਸਕਦੇ ਹਾਂ। ਉਹ ਕਦੋਂ ਵੱਢੀ ਜਾਊਗੀ ਤੇ ਉਸ ਤੋਂ ਬਾਅਦ ਕਿਹੜੀ ਫਸਲ ਬੀਜ ਸਕਦੇ ਹਾਂ। ਮੈਂ ਹਾਂ ਕੁਲਦੀਪ ਸਿੰਘ ਸ਼ੇਰਗੰਗਰਖਾਈ ਫਤਰੀ ਸੰਜ ਪੋਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਭੇਜੀਆਂ ਨੇ ਬਹੁਤ ਬਹੁਤ ਮਿਹਰਬਾਨੀ ਕਿਸਾਨ ਦੋਸਤੋ ਸਾਡੇ ਕੋਲ ਜਿਹੜੇ ਅਗਲੇ ਮਹੀਨੇ ਆਉਣੇ ਹਨ ਉਸ ਸਮੇਂ ਚਾਰੇ ਦੀ ਘਾਟ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਗਰਮੀ ਵਾਲੇ ਚਾਰੇ ਖਤਮ ਹੋ ਜਾਂਦੇ ਆ ਤੇ ਸਰਦੀ ਵਾਲੇ ਚਾਰੇ ਹਜੇ ਬੀਜੇ ਜਾ ਰਹੇ ਹੁੰਦੇ ਝੋਨੇ ਤੋਂ ਬਾਅਦ ਬੀਜਿਆ ਨਹੀਂ ਤਾਂ ਐਸ ਸਮੇ ਜਿਹੜੇ ਖੇਤ ਖਾਲੀ ਨੇ ਉਹਨਾਂ ਦੇ ਵਿੱਚ ਤੁਸੀਂ ਮੱਕੀ ਚਾਰੇ ਵਾਸਤੇ ਵੀ ਸਕਦੇ ਹੋ ਅਚਾਰ ਵਾਸਤੇ ਨਹੀਂ ਅਚਾਰ ਵਾਲੀ ਮੱਕੀ ਤਿਆਰ ਨਹੀਂ ਹੋਣੀ ਚਾਰੇ ਵਾਸਤੇ ਮੱਕੀ ਤੁਸੀਂ ਵੀ ਸਕਦੇ ਹੋ ਜਿਵੇਂ ਜੇ 1007 ਹੈ ਜੇ 1006 ਹੈ ਜਾਂ ਬਾਜ਼ਾਰ ਚ ਕੋਈ ਤੁਹਾਨੂੰ ਵੀ ਮਿਲਦੇ ਮੱਕੀ ਦੇ ਤਾਂ ਉਹ ਲੈ ਸਕਦੇ ਹੋ ਤਾਂ ਇਹਨੂੰ ਤੁਸੀਂ ਜਿਹੜਾ ਹੈਗਾ 15 ਸਤੰਬਰ ਤੋਂ ਲੈ ਕੇ ਅੱਗੇ ਜਦੋਂ ਮਰਜ਼ੀ ਨੂੰ ਵੀਜ ਲੋ ਜਿੰਨੀ ਜਲਦੀ ਵੀਜੋਗੇ ਉਹਨਾਂ ਜ਼ਿਆਦਾ ਵਧੀਆ ਰਹੇਗਾ ਸਤੰਬਰ ਦੇ ਖੀਰਲੇ ਹਫਤੇ ਦੇ ਵਿੱਚ ਤੁਸੀਂ ਬਰਸੀਮ ਦੀ ਬਿਜਾਈ ਕਰ ਸਕਦੇ ਹੋ ਜਿਹਦੇ ਵਿੱਚ ਜਮੀ ਤੋਰੀਆ ਰਾਇਆ ਵਗੈਰਾ ਮਲਾਕੇ ਬੀਜੋ ਤਾਂ ਕਿ ਉਹ ਜਿਹੜੀ ਪਹਿਲੀ ਕਟਾਈ ਹੈ ਉਹ ਭਰਮੀ ਹੋ ਸਕੇ ਤਾਂ ਇਹ ਵੀ ਉਸ ਸਮੇਂ ਚੰਗੇ ਪੈਸੇ ਵਟਾ ਸਕਦਾ ਕਿਉਂਕਿ ਜਦੋਂ ਬਰਸੀਮ ਦੀ ਘਾਟ ਹੋਏਗੀ ਚਾਰੇ ਦੀ ਉਸ ਸਮੇਂ ਵਿੱਚ ਵੇਚ ਕੇ ਪੈਸਾ ਕਮਾ ਸਕਦੇ ਆ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਕੰਕਰੀਟ ਟੈਂਪ ਤੇਰੀ ਕਣਕੀ ਵੀ ਸਕਦੇ ਹੋ ਇਸ ਤੋਂ ਬਿਨਾ ਇਹ ਸਾਡੇ ਕੋਲੇ ਫਸਲਾਂ ਦੀ ਗੱਲ ਕਰੀਏ ਜੇ ਅਸੀਂ ਕਿਹੜੀ ਕਿਹੜੀ ਫਸਲ ਵੀ ਸਕਦੇ ਹਾਂ ਨੰਬਰ 1 ਤੇ ਰਕਸਾਨੀਰੋ ਤੋਰੀਆ ਹੈ ਤੋਰੀਆ ਜਿਹੜਾ ਹੈਗਾ ਸਾਡੇ ਕੋਲ ਜਿਹੜੀਆਂ ਕਿਸਮਾਂ ਹੈ ਉਹ ਲਗਭਗ 3 ਮਹੀਨੇ ਦੇ ਵਿੱਚ ਤਿਆਰ ਹੋ ਜਾਂਦੀਆਂ ਜੇਕਰ ਤੁਸੀਂ 15 ਸਤੰਬਰ ਨੂੰ ਜਿਹੜਾ ਹੈਗਾ ਤੋਰੀਆ ਬੀਜਦੇ ਹੋ ਤਾਂ 15 ਅਕਤੂਬਰ 15 ਨਵੰਬਰ ਤੇ 15 ਦਸੰਬਰ ਮਤਲਬ ਕਿ 15 ਦਸੰਬਰ ਤੱਕ ਤੁਹਾਡਾ ਖੇਤ ਵਿਲਾ ਹੋ ਸਕਦਾ ਹੈ 15 ਦਸੰਬਰ ਤੋਂ ਬਾਅਦ ਦੇ ਵਿੱਚ ਆਪਣੇ ਕੋਲੇ ਇਹ ਜਿਹੜਾ ਹੈਗਾ ਕਣਕ ਦੀਆਂ ਕਈ ਕਿਸਮਾਂ ਨੇ ਜਿਹੜੀਆਂ ਅਸੀਂ 15 ਜਨਵਰੀ ਤੱਕ ਹੀ ਵੀ ਸਕਦੇ ਹਾਂ ਤਾਂ ਉੱਥੇ ਉਹ ਵੀ ਸਕਦੇ ਹਾਂ ਠੀਕ ਹੈ ਤਾਂ ਜਿਹੜਾ ਕਿਸਾਨ ਵੀ ਤੋਰੀਆ ਬੀਜਣਾ ਚਾਹੁੰਦੇ ਆ ਤਾਂ ਤੋਰੀਏ ਦੀਆਂ ਦੋ ਕਿਸਮਾਂ ਨੇ TL 17 ਤੇ TL 15 TL 17 90 ਦਿਨ ਲੈਂਦੀ ਹੈ ਤੇ TL 15 88 ਦਿਨ ਲੈਂਦੀ ਹੈ ਤੇ ਇਹ ਪੂਰੇ ਸਤੰਬਰ ਚ ਵੀ ਬੀਜ ਸਕਦੇ ਹਾਂ ਲਗਭਗ ਇਹ ਐਵਰੇਜ ਝਾੜ ਜਿਹੜਾ ਇਹਦਾ ਹੈਗਾ ਉਹ ਪੰਜਾਬ ਖੇਤੀਬਾੜ ਯੂਨੀਵਰਸਿਟੀ TL 17 ਦਾ 5 ਕੁਇੰਟਲ 20 ਕਿਲੋ ਦੱਸਦੀ ਹੈ ਤੇ TL 15 ਦਾ 4.5 ਕੁਇੰਟਲ ਝਾੜ ਇਹਨਾਂ ਇਹ ਦੱਸਦੇ ਆ ਪਰੰਤੂ ਆਮ ਖੇਤਾਂ 'ਚ ਦੇਖਿਆ ਕਿ ਝਾੜ ਇਸ ਸੌਸ ਝਾੜ ਤੋਂ ਵੱਧ ਹੀ ਆਉਂਦਾ ਹੁੰਦਾ ਹੈ ਅਕਤੂਬਰ ਦੇ ਵਿੱਚ ਤਾਰਾ ਮੀਰਾ ਵੀਜਾ ਜਾ ਸਕਦਾ ਹੈ ਇਸ ਤੋਂ ਇਲਾਵਾ ਅਕਸਰ ਦੋਸਤੋ ICAR ਦਿੱਲੀ ਨਵੀਂ ਦਿੱਲੀ ਇਹਨਾਂ ਨੇ ਨਾ ਕੁਝ ਸਰੋਂ ਦੀਆਂ ਕਿਸਮਾਂ ਵਿਕਸਤ ਕੀਤੀਆਂ ਇਹ ਸਰੋਂ ਦੀਆਂ ਕਿਸਮਾਂ ਜਿਹੜੀਆਂ ਹੈਗੀਆਂ ਇਹ اگੇਤੀਆਂ ਲੱਗ ਜਾਂਦੀਆਂ ਮਤਲਬ ਕਿ ਤੁਹਾਡੇ ਸਤੰਬਰ ਦੇ ਸ਼ੁਰੂਆਤ ਦੇ ਵਿੱਚ ਹੀ ਇਹ ਕਿਸਮਾਂ ਤੁਸੀਂ ਸਤੰਬਰ ਦੇ ਵਿੱਚ ਲਾ ਸਕਦੇ ਹੋ ਤੇ ਇਸ ਤੋਂ ਬਾਅਦ ਦੇ ਵਿੱਚ ਜਦੋਂ ਆਏਗਾ ਤੁਹਾਡਾ ਜਨਵਰੀ ਕਿਉਂਕਿ ਇਹਦੇ ਨਾਲ ਖੇਤ ਤੁਹਾਡਾ ਜਨਵਰੀ ਚ ਵੇਲਾ ਹੋਣਾ ਇਹ ਧਿਆਨ ਰੱਖਿਓ ਜੋ ਜਾਂ ਤਾਂ ਤੁਸੀਂ ਜਿਹੜਾ ਹੈਗਾ ਜਨਵਰੀ ਦੇ ਵਿੱਚ ਜਿਹੜਾ ਹੈਗਾ 13-14 ਤੱਕ ਸਾਡੇ ਕੋਲ ਕਣਕ ਦੀਆਂ ਕੋਈ ਕਿਸਮਾਂ ਆ ਸਕਦੇ ਹਾਂ ਜਾਂ ਫਿਰ ਜਿਹੜੇ ਕਿਸਾਨ ਵੀਰਾਂ ਨੇ ਅੱਗੇ ਪਲਾਨਿੰਗੇ ਬਣਾਈ ਹੈ ਕਿ ਵੀ ਮੈਂ ਜਨਵਰੀ ਦੇ ਵਿੱਚ ਜਿਹੜਾ ਲਸਣ ਲਾਉਣਾ ਚਾਹੁੰਦਾ ਹੈ ਜਾਂ ਜਨਵਰੀ ਚ ਕੋਈ ਪਿਆਜ਼ ਲਾਉਣਾ ਚਾਹੁੰਦਾ ਹੈ ਇਹ ਜਾਂ ਕੋਈ ਕਿਸਾਨ ਵੀਰ ਫਰਵਰੀ ਦੇ ਵਿੱਚ ਤੇ ਲਾਉਣ ਵਾਲੀਆਂ ਆਪਣੇ ਕੋਲ ਫਸਲਾਂ ਹੁੰਦੀਆਂ ਜਿਵੇਂ ਕੋਈ ਸਬਜ਼ੀ ਲਗਾਉਣਾ ਚਾਹੁੰਦਾ ਕੋਈ ਫਰਵਰੀ ਚ ਗੰਨਾ ਲਾਉਣਾ ਚਾਹੁੰਦਾ ਹੈ ਇਹ ਜਾਂ ਤੁਸੀਂ ਬਹਾਰ ਰੁੱਤ ਦੀ ਮੱਕੀ ਬੀਜਣੀ ਚਾਹੁੰਦੇ ਹੋ ਤਾਂ ਉਹਨਾਂ ਕਿਸਾਨਾਂ ਵਾਸਤੇ ਇਹ ਸਰੋਂ ਦੀਆਂ ਕਿਸਮਾਂ ਵਧੀਆ ਹੈ ਠੀਕ ਹੈ ਨਾ ਮਤਲਬ ਕਿ ਤੁਸੀਂ ਇਸ ਟਡੀਆਂ ਫਸਲਾਂ ਦੋ ਹੋ ਜਾਣੀਆਂ ਫਿਰ ਪਹਿਲਾਂ ਇਹ ਹੋ ਗਈ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਸਬਜ਼ੀ ਲਾ ਸਕਦੇ ਹੋ ਚੀਪ ਪਹਾਰ ਉਤਰੀ ਮੱਕੀ ਲਾ ਸਕਦੇ ਹੋ ਤੁਸੀਂ ਜਿਹੜਾ ਹੈਗਾ ਗੰਨਾ ਲਾ ਸਕਦੇ ਹੋ ਤੁਸੀਂ ਜਿਹੜਾ ਹੈਗਾ ਜਨਵਰੀ ਦੇ ਵਿੱਚ ਇਹਦਾ ਪਿਆਜ਼ ਲਾ ਸਕਦੇ ਹੋ ਜਨਵਰੀ ਚ ਇਹਦਾ ਲਸਣ ਲਾ ਸਕਦੇ ਹੋ ਤਾਂ ਕਿਸਮਾਂ ਕਿਹੜੀਆਂ-ਕਿਹੜੀਆਂ ਨੇ ਨੋਟ ਕਰ ਲਿਓ ਜੋ ਇੱਕ ਹੈਗੀ ਪੂਸਾ ਸਰੋਂ 28 105 ਤੋਂ 110 ਦਿਨ ਦੇ ਵਿੱਚ ਤਿਆਰ ਹੁੰਦੀ ਹੈ ਆਪਦਾ ਬਿਜਾਈ ਤੋਂ ਦਿਨ ਆਪਦੇ ਗਿਣ ਲਿਓ ਜੋ ਤੇ 18 ਤੋਂ ਲੈ ਕੇ 20 ਮਾਨ ਪ੍ਰਤੀ ਕਿੱਲਾ ਇਹਦਾ ਔਸ ਝਾੜ ਹੈ ਕਿਸਾਨਾਂ ਦੇ ਖੇਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੇ ਔਸ ਝਾੜ ਹੁੰਦੇ ਇਸ ਤੋਂ ਝਾੜ ਵੱਧ ਆਉਂਦਾ ਹੁੰਦਾ ਹੈ ਇੱਕ ਹੈਗੀ ਪੂਸਾ ਸਰੋਂ 27 110 ਤੋਂ 115 ਦਿਨ ਲੈਂਦੀ ਹੈ ਸਾਢੇ 15 ਮਾਨ ਔਸ ਝਾੜ ਹੈ ਪ੍ਰਤੀ ਕਿੱਲਾ ਪੂਸਾ ਸਰੋਂ 25 100 ਦਿਨ ਲੈਂਦੀ ਹੈ ਇਹ ਤੇ ਸਾਢੇ 14 ਮਾਨ ਔਸ ਝਾੜ ਹੈ ਪ੍ਰਤੀ ਕਿੱਲਾ ਪੂਸਾ ਮੈਕ 110 ਤੋਂ 120 ਦਿਨ ਲੈਂਦੀ ਹੈ 15 ਤੋਂ 20 ਮੰਨ ਦੇ ਨੇੜੇ ਝਾੜ ਹੈ ਪੂਸਾ ਤਾਰਕ 110 ਤੋਂ 120 ਦਿਨ ਲੈਂਦੀ ਹੈ 15 ਤੋਂ 20 ਮੰਨ ਦੇ ਲਗਭਗ ਝਾੜ ਹੈ ਪੂਸਾ ਅਗਰਨੀ ਇਹੜੀ ਕਿਸਮ ਹੈਗੀ ਹੈ ਇਹਦਾ ਜਿਹੜਾ ਹੈਗਾ 13.5 ਮੰਨ ਦੇ ਨੇੜੇ ਝਾੜ ਹੈ ਪ੍ਰਤੀ ਕਿਲਾ ਔਸਤ ਤੇ ਦਿਨ ਲੈਂਦੀ 110 ਮੈਂ ਫੇਰ ਕਹਣਾ ਕਿ ਔਸਤ ਤੋਂ ਲੈ ਕੇ ਝਾੜ ਜਿਹੜਾ ਹੈਗਾ ਸਾਨੂੰ ਬਾਜ਼ਾਰ ਜਿਹੜਾ ਹੈਗਾ ਖੇਤ ਦੇ ਯਾਰਾ ਦਿੰਦੀਆਂ ਇਹ ਇਸ ਤੋਂ ਬਿਨਾ ਤੁਸੀਂ ਅਗੇਤੇ ਮਟਰ ਦੀ ਬਿਜਾਈ ਕਰ ਸਕਦੇ ਹੋ ਦੋਸਤੋ ਮਟਰ ਦੇ ਵਿੱਚ ਪਿਛਲੇ ਸਾਲਾਂ ਦੇ ਦੇਖਿਆ ਕਿ ਕਿਸਾਨਾਂ ਨੇ ਬਹੁਤ ਚੰਗਾ ਪੈਸਾ ਕਮਾਇਆ ਤਾਂ ਮਟਰ ਦੀ ਬਿਜਾਈ ਤੁਹਾਡੀ ਅਗੇਤੀ ਕਰ ਸਕਦੇ ਹੋ ਮੂਲੀ ਅਤੇ ਗਾਜਰ ਦੀ ਜਿਹੜੀ ਇਸ ਸਮੇਂ ਬਿਜਾਈ ਚੱਲ ਰਹੀ ਹੈ ਉਹ ਵੀ ਅੱਗੇ ਜਾ ਕੇ ਚੰਗਾ ਲਾਹਾ ਦੇ ਦਿੰਦੀ ਹੈ ਜੇਕਰ ਤੁਸੀਂ ਲਸਣ ਲਾਉਣਾ ਚਾਹੁੰਦੇ ਹੋ ਤਾਂ 15 ਸਤੰਬਰ ਦੇ ਨੇੜੇ ਪੀਜੀ ਪੀਜੀ 18 ਕਿਸਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਾਲਿਆਂ ਦੀ ਤਾਂ ਇਹ ਕਿਸਮ ਤੁਸੀਂ ਲਸਣ ਦੀ ਵੀ ਖੇਚਲਾ ਸਕਦੇ ਹੋ ਇਹਦੇ ਨਾਲ ਵੀ ਫਾਇਦਾ ਮਿਲ ਸਕਦਾ ਹੈ ਆੜਲੂ ਦੀ ਆਲੂ ਦੀਆਂ ਗੇਤੀਆਂ ਵੈਰਾਈਆਂ ਜਿਵੇਂ ਕੁਫਰੀ ਪੁਖਰਾਜ ਪੁਖਰੀ ਕੁਫਰੀ ਸੂਰਿਆ ਕੁਫਰੀ ਸ਼ੋਕਾ ਕੁਫਰੀ ਚੰਦਰਮੁਖੀ ਤਾਂ ਇਹ ਜਿਹੜੀਆਂ ਕਿਸਮਾਂ ਹੈਗੀਆਂ ਇਹ ਅਸੀਂ ਜਿਹੜਾ ਹੈਗਾ ਇਹ ਅਗੇਤੀਆਂ ਲਾ ਸਕਦੇ ਹਾਂ ਗੇਤੀਆਂ ਲਾ ਕੇ ਇਹਨਾਂ ਤੋਂ ਅਸੀਂ ਚੰਗਾ ਝਾੜਾ ਉਹਦਾ ਲੈ ਸਕਦੇ ਹਾਂ ਤਾਂ ਫਿਰ ਇਹ ਚੀਜ਼ਾਂ ਆਏ ਜਿਹੜੇ ਕਿਸਾਨ ਵੀਰਾਂ ਨੇ ਦਾ ਚੋਣਾ ਨਹੀਂ ਲੱਗ ਸਕਿਆ ਲੇਕਿਨ ਖੇਤ ਖਾਲੀ ਪਿਆ ਹੈ ਤਾਂ ਉਹ ਇਸ ਤਰੀਕੇ ਦੇ ਨਾਲ ਆਪਦੀ ਪਲਾਨਿੰਗ ਕਰ ਸਕਦੇ ਆ ਕਿ ਅਸੀਂ ਖੇਤ ਦੇ ਵਿੱਚ ਕੀ ਕਰਨਾ ਹੈ ਪੱਠੇ ਮੈਂ ਮੰਨਦਾ ਹਾਂ ਕਿ ਪੱਠਿਆਂ ਦਾ ਇੱਕਦਮ ਹੜ ਆ ਜਾਏਗਾ ਕਿਉਂਕਿ ਹਰ ਇੱਕ ਨੇ ਵੇਚ ਲੈਣੇ ਆ ਥੋੜਾ ਜਿਹਾ ਵੇਚਣ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਆਪਦੀ ਪਲਾਨਿੰਗ ਕਰਨੀ ਪਏਗੀ ਮਟਰ ਦੇ ਵਿੱਚ ਚੰਗਾ ਪੈਸਾ ਕਮਾ ਸਕਦੇ ਹਾਂ ਇਹ ਤੋਰੀਆ ਬੀਜ ਕੇ ਉਸ ਤੋਂ ਬਾਅਦ ਦੇ ਵੀ ਤੁਹਾਡੇ ਕੋਲੇ ਕਣਕ ਦੀਆਂ ਵਿਸ਼ੇਸ਼ੀਆਂ ਕਿਸਮਾਂ ਵੀ ਬੀਜ ਸਕਦੇ ਹੋ ਜਾਂ ਫਿਰ ਤੁਸੀਂ ਜਿਹੜਾ ਹੈਗਾ ਪੂਸਾ ਦੀਆਂ ਜਿਹੜੀਆਂ ਬੀ ਹੈਗੇ ਐ ਇਹਨਾਂ ਨੂੰ ਬੀਜ ਕੇ ਇਹ ਤੁਹਾਨੂੰ ਇੱਥੋਂ ਬੀ ਨਹੀਂ ਮਿਲਣਗੇ ਤਾਂ ਦਿੱਲੀ ਤੋਂ ਮਿਲ ਜਾਣਗੇ ਤੇ ਜਿਹੜਾ ਇਹ ਜਿਹੜੇ ਬੀ ਹੈਗੇ ਐ ਇਹਨਾਂ ਨੂੰ ਬੀਜ ਕੇ ਉਸ ਤੋਂ ਬਾਅਦ ਤੁਸੀਂ ਲਸਣ ਪਿਆਜ਼ ਜਾਂ ਬਾਹਰੋਦੀ ਮੱਕੀ ਜਾਂ ਤੁਸੀਂ ਉੱਥੇ ਸਬਜ਼ੀਆਂ ਦੀ ਪਲਾਨਿੰਗ ਕਰ ਸਕਦੇ ਹੋ ਜਿਹੜੀਆਂ ਫਰਵਿ ਦੇ ਵਿੱਚ ਬੀਜਣੀਆਂ ਐ ਇਸ ਤੋਂ ਬਿਨਾ ਸਬਜ਼ੀਆਂ ਜਾਣਾ ਮਟਰ ਲਾ ਲਵੋ ਹੁਣ ਇਸ ਸਮੇਂ 15 ਸਤੰਬਰ ਦੇ ਨੇੜੇ ਪੀਜੀ 18 ਲਸਣ ਲੱਗ ਸਕਦਾ ਹੈ ਇਹ ਜਿਹੜੀਆਂ ਆਲੂ ਦੀਆਂ ਗੇਤੀਆਂ ਵੈਰੈਟੀਆਂ ਉਹ ਲਾ ਸਕਦੇ ਹਾਂ ਤਾਂ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਇੱਕ ਚੀਜ਼ ਰਹੇਗਾ ਚੁਣ ਕੇ ਤੁਸੀਂ ਆਪਣਾ ਲਾਭ ਕਮਾ ਸਕਦੇ ਹੋ ਉਮੀਦ ਕਰਦਾ ਹਾਂ ਇਹ ਜਾਣਕਾਰੀ ਲਾਇਵਨ ਸਾਬਤ ਹੋਏਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਅਖੀਰ ਤੇ ਬੇਨਤੀ ਇਹ ਵੀ ਹੈ ਕਿ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੇ ਕਿਸਾਨ ਵੀਰਾਂ ਨੂੰ ਜ਼ਰੂਰਤ ਹੈ ਉਹਨਾਂ ਤੱਕ ਇਹ ਗੱਲ ਪਹੁੰਚ ਸਕੇ ਤੇ ਉਹ ਆਪਣੇ ਖੇਤ ਦੇ ਵਿੱਚ ਉਸ ਤਰੀਕੇ ਦੇ ਨਾਲ ਫਸਲ ਲਾ ਕੇ ਆਪਣਾ ਕੁਝ ਨਾ ਕੋਈ ਲਾਹਾ ਕਮਾ ਸਕਣ ਤਾਂ ਇਸ ਤੋਂ ਵੀ ਨਾ ਬੇਨਤੀ ਦੋਸਤੋ ਕਿਸਾਨ ਮੇਲੇ ਚੱਲ ਰਹੇ ਐ ਆਪਣੇ ਨੇੜੇ ਦੇ ਕਿਸਾਨ ਮੇਲੇ ਜ਼ਰੂਰ ਜਾਓ ਤੇ ਜਾਣਕਾਰੀ ਇਕੱਠੀ ਕਰਕੇ ਲਿਆਓ ਧੰਨਵਾਦ ਦੋਸਤੋ ਮਿਹਰਬਾਨੀ